ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਗੱਲ ਕਰਨ ਲੱਗੇ ਹਾਂ ਹਰੀਸ਼ ਵਰਮਾ ਤੇ ਅਮਰਿੰਦਰ ਗਿੱਲ ਦੀ ਹੋਮ ਪ੍ਰੋਡਕਸ਼ਨ ਮੂਵੀ ਗੋਲਕ ਬੁਗਨੀ ਬੈਂਕ ਤੇ ਬਟੂਏ ਬਾਰੇ, ਜਿਸ ਦਾ ਟ੍ਰੇਲਰ 23 ਮਾਰਚ 2018 ਨੂੰ ਰਿਲੀਜ਼ ਹੋਇਆ ਆਫੀਸ਼ੀਅਲ ਰਿਦਮ ਬੋਇਜ਼ ਯੂਟਿਊਬ ਚੈਨਲ ਤੇ ਇਸ ਦੇ ਹਾਲੇ ਤੱਕ 2.1 ਮਿਲੀਅਨ ਤੋਂ ਜ਼ਿਆਦਾ ਵਿਊਜ਼ ਹੋ ਚੁੱਕੇ ਨੇ। ਅੱਜ ਆਪਾਂ ਗੱਲ ਕਰਾਂਗੇ ਗੋਲਕ ਬੁਗਨੀ ਬੈਂਕ ਤੇ ਬਟੂਏ ਦੇ ਟ੍ਰੇਲਰ ਰਿਵਿਊ ਬਾਰੇ ਤੇ ਨਾਲ ਹੀ ਕਰਾਂਗੇ ਇਹਦਾ ਬ੍ਰੇਕਡਾਊਨ। ਆਓ ਸ਼ੁਰੂ ਕਰਦੇ ਹਾਂ। ਅਮਰਿੰਦਰ ਗਿੱਲ ਤੇ ਉਹਨਾਂ ਦੀ ਪ੍ਰੋਡਕਸ਼ਨ ਟੀਮ ਰਿਦਮ ਬੋਇਜ਼ ਹਮੇਸ਼ਾ ਹੀ ਆਡੀਅੰਸ ਨੂੰ ਇੰਪ੍ਰੈਸ ਕਰਨ ਵਾਸਤੇ ਬਹੁਤ ਹੀ ਡਿਫਰੈਂਟ ਕਨਸੈਪਟ ਲੈ ਕੇ ਆਏ ਨੇ, ਜਿਵੇਂ ਕਿ ਅੰਗਰੇਜ਼, ਲਵ ਪੰਜਾਬ, ਬੰਬੂ ਕਾਟ, ਲਾਹੌਰੀਏ ਤੇ ਵੇਖ ਬਰਾਤਾ ਚੱਲੀਆਂ ਵਰਗੀ ਸੁਪਰਹਿੱਟ ਮੂਵੀਜ਼ ਨੂੰ ਪ੍ਰੋਡਿਊਸ ਕੀਤਾ ਹੈ। ਇਹਨਾਂ ਤੋਂ ਇਲਾਵਾ ਇਸ ਮੂਵੀ ਨੂੰ ਪ੍ਰੋਡਿਊਸ ਕੀਤਾ ਹੈ ਓਮ ਜੀ ਗਰੁੱਪ ਨੇ। ਟੂਟੀਆਂ ਕੱਟ ਕਰਨਾ ਚੋ ਕੱਟ ਵੱਡਾ ਕੁਮਾਰ ਸਾਨੂੰ। ਟ੍ਰੇਲਰ ਦੇ ਸ਼ੁਰੂਆਤ ਵਿੱਚ ਹੀ ਐਂਟਰੀ ਹੁੰਦੀ ਹੈ ਸਿੰਮੀ ਚਹਿਲ ਦੀ ਤੇ ਉਹਨਾਂ ਦੇ ਡੈਡੀ ਬੀ ਐਨ ਸ਼ਰਮਾ ਜੀ ਦੀ, ਜਿਨ੍ਹਾਂ ਦੀ ਬਸੀ ਪਠਾਣੇ ਪਿੰਡ ਵਿੱਚ ਇੱਕ ਹਲਵਾਈ ਦੀ ਦੁਕਾਨ ਹੈ। ਫਿਰ ਐਂਟਰੀ ਹੁੰਦੀ ਹੈ ਹਰੀਸ਼ ਵਰਮਾ ਦੀ, ਜਿਨ੍ਹਾਂ ਦੀ ਕੱਪੜਿਆਂ ਦੀ ਦੁਕਾਨ ਅਨੇਜਾ ਸਵੀਟਸ ਦੇ ਬਿਲਕੁਲ ਓਪੋਜ਼ਿਟ ਹੁੰਦੀ ਹੈ। ਪਰ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਦੋਨਾਂ ਦਾ ਅਲੱਗ ਬਿਜ਼ਨਸ ਹੋਣ ਦੇ ਬਾਵਜੂਦ ਇਹ ਇੱਕ ਦੂਜੇ ਨਾਲ ਲੜਦੇ ਕਿਉਂ ਨੇ। ਟ੍ਰੇਲਰ ਦੇ ਪਹਿਲੇ 50 ਸੈਕਿੰਡ ਵਿੱਚ ਹੀ ਪੰਚਿਸ ਦੇ ਪੰਚਿਸ ਬੈਕ ਟੂ ਬੈਕ ਆਉਂਦੇ ਨੇ, ਜੋ ਕਿ ਆਡੀਅੰਸ ਨੂੰ ਰਿਟੇਨ ਕਰਕੇ ਰੱਖਦੇ ਨੇ ਟ੍ਰੇਲਰ ਨੂੰ ਅੱਗੇ ਦੇਖਣ ਲਈ। ਜੇ ਆਪਾਂ ਸ਼ੂਟਿੰਗ ਦੀ ਗੱਲ ਕਰ ਲਈਏ ਤਾਂ ਮੂਵੀ ਦੀ ਜ਼ਿਆਦਾਤਰ ਸ਼ੂਟਿੰਗ ਬਸੀ ਪਠਾਣੇ ਪਿੰਡ ਵਿੱਚ ਹੋਈ ਹੈ, ਪਰ ਇਸ ਸੀਨ ਵਿੱਚ ਜੋ ਸਕੂਟਰ ਦਿਖਾਇਆ ਜਾਂਦਾ ਹੈ ਉਸਦਾ ਨੰਬਰ PV11 ਹੈ, ਜਿਸ ਦੀ ਰਜਿਸਟ੍ਰੇਸ਼ਨ ਪਟਿਆਲੇ ਦੀ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਅਨੇਜਾ ਸਵੀਟਸ ਵਾਲੇ ਜਾਂ ਤਾਂ ਪਟਿਆਲੇ ਤੋਂ ਨੇ ਜਾਂ ਫਿਰ ਪਟਿਆਲੇ ਕਿਸੇ ਵਿਆਹ 'ਤੇ ਗਏ ਨੇ। ਇਸ ਤੋਂ ਇਲਾਵਾ ਮੂਵੀ ਦੀ ਸ਼ੂਟਿੰਗ ਹੋਈ ਹੈ ਧਰਮਸ਼ਾਲਾ ਵਿੱਚ, ਜੋ ਕਿ ਅੱਗੇ ਆਉਣ ਵਾਲੇ ਸੀਨ ਵਿੱਚ ਦਿਖਾਵਾਂਗੇ। ਇਸ ਤੋਂ ਬਾਅਦ ਐਂਟਰੀ ਹੁੰਦੀ ਹੈ ਪੁਖਰਾਜ ਭੱਲਾ ਦੀ, ਜੋ ਕਿ ਜਸਵਿੰਦਰ ਭੱਲਾ ਦੇ ਬੇਟੇ ਨੇ। ਇਸ ਤੋਂ ਇਲਾਵਾ ਸਾਨੂੰ ਦਿਖਦੇ ਨੇ ਸੁਮਿਤ ਗੁਲਾਟੀ, ਜਿਨ੍ਹਾਂ ਨੇ ਆਪਣੀ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਭਾਗ ਮਿਲਕਾ ਭਾਗ ਮੂਵੀ ਤੋਂ ਕੀਤੀ ਸੀ ਅਤੇ ਪਿੱਛੇ ਬੈਕਗਰਾਊਂਡ ਸੀਨ ਵਿੱਚ ਰਾਮਲੀਲਾ ਦੀ ਤਿਆਰੀ ਚੱਲ ਰਹੀ ਹੈ। ਇਸ ਸੀਨ ਤੋਂ ਲੱਗਦਾ ਹੈ ਕਿ ਜਸਵਿੰਦਰ ਭੱਲਾ ਬਸੀ ਪਠਾਣੇ ਦੇ ਪ੍ਰਧਾਨ ਨੇ ਅਤੇ ਅਗਲੇ ਹੀ ਸੀਨ ਵਿੱਚ ਰਾਵਣ ਦੇ ਨਾ ਚੱਲਣ ਕਰਕੇ ਬੀ ਐਨ ਸ਼ਰਮਾ ਨੂੰ ਪ੍ਰਧਾਨਗੀ ਦੇ ਦਿੱਤੀ ਜਾਂਦੀ ਹੈ। ਨੀਟਾ ਤੈਨੂੰ ਕੁਛ ਖਾਣ ਨੂੰ ਦੇਵੇ ਤੇ ਉਹਦੇ ਹੱਥ ਤੋਂ ਲੈ ਕੇ ਕੁਛ ਨਹੀਂ ਖਾਣਾ, ਠੀਕ ਹੈ? ਉਹਦੀ ਸ਼ਕਲ ਦੇਖ ਲੈ, ਮੇਰਾ ਊਂ ਖਾਣ ਨੂੰ ਜੀ ਨਹੀਂ ਕਰ। ਜਸਵਿੰਦਰ ਭੱਲਾ ਤੇ ਬੀ ਐਨ ਸ਼ਰਮਾ ਆਪਸ ਵਿੱਚ ਲੜਦੇ ਰਹਿੰਦੇ ਨੇ, ਜਿਸ ਵਜ੍ਹਾ ਤੋਂ ਉਹਨਾਂ ਦੇ ਬੱਚੇ ਵੀ ਇਹੀ ਫੋਲੋ ਕਰਦੇ ਨੇ, ਪਰ ਕੁਛ ਟਾਈਮ ਬਾਅਦ ਦੋਨਾਂ ਵਿੱਚ ਪਿਆਰ ਹੋ ਜਾਂਦਾ ਹੈ। ਇਸ ਤੋਂ ਬਾਅਦ ਸਾਨੂੰ ਦਿਖਦਾ ਹੈ ਇਹ ਪਰਚੀਆਂ ਕੱਟਣ ਵਾਲਾ ਸੀਨ, ਜੋ ਕਿ ਕਲੈਕਸ਼ਨ ਕੀਤੀ ਗਈ ਹੈ ਜਗਰਾਤੇ ਦੇ ਫੰਕਸ਼ਨ ਲਈ ਅਤੇ ਉਸੀ ਰਾਤ ਨੂੰ ਬੀ ਐਨ ਸ਼ਰਮਾ ਦੀ ਬੇਟੀ ਉਹੀ ਪੈਸੇ ਲੈ ਕੇ ਭੱਜ ਜਾਂਦੀ ਹੈ ਅਤੇ ਨਾਲ ਦੀ ਨਾਲ ਸ਼ੁਰੂ ਹੁੰਦਾ ਹੈ ਮੂਵੀ ਵਿੱਚ ਟਵਿਸਟ, ਜੋ ਕਿ ਇੱਕ ਟਰੂ ਇੰਸੀਡੈਂਟ ਤੋਂ ਚੱਕਿਆ ਗਿਆ ਹੈ ਅਤੇ ਮੂਵੀ ਵਿੱਚ ਸਟੋਰੀ ਰਾਈਟਰਸ ਨੇ ਕਾਫੀ ਵਧੀਆ ਤਰੀਕੇ ਨਾਲ ਨੋਟਬੰਦੀ ਦਾ ਇਸਤੇਮਾਲ ਕੀਤਾ ਹੈ ਅਤੇ ਪੈਸਿਆਂ ਨਾਲ ਕਿਵੇਂ ਲੋਕ ਚੇਂਜ ਹੋ ਜਾਂਦੇ ਨੇ ਇਹ ਸਾਫ਼ ਸਾਫ਼ ਦਿਖਾਈ ਦਿੰਦਾ ਹੈ। 8 ਨਵੰਬਰ 2000 ਰਿਸ਼ਤੇ ਜੁੜ ਤਾਂ ਸਕਦੇ ਨੇ, ਨਿਭ ਨਹੀਂ ਸਕਦੇ। ਟ੍ਰੇਲਰ ਦੇ ਆਖਰੀ 45 ਸੈਕਿੰਡ ਵਿੱਚ ਅਮਰਿੰਦਰ ਗਿੱਲ ਤੇ ਅਦਿਤੀ ਸ਼ਰਮਾ ਨੂੰ ਦਿਖਾਇਆ ਜਾਂਦਾ ਹੈ, ਜੋ ਕਿ ਇੱਕ ਪਿੰਡ ਵਿੱਚ ਰਹਿਣ ਵਾਲੇ ਨੇ। ਸਾਡੇ ਹਿਸਾਬ ਨਾਲ ਲੱਗਦਾ ਹੈ ਕਿ ਅਮਰਿੰਦਰ ਗਿੱਲ ਦੇ ਪਿੰਡ ਦੀ ਹਾਲਤ ਦਿਖਾਈ ਜਾਏਗੀ, ਜੋ ਕਿ ਨੋਟਬੰਦੀ ਦੇ ਟਾਈਮ 'ਤੇ ਕਾਫ਼ੀ ਪਿੰਡਾਂ ਦੀ ਹਾਲਤ ਸੀ। ਅਤੇ ਇੱਥੇ ਸਾਨੂੰ ਦਿਖਦੇ ਨੇ ਅਨੀਤਾ ਦੇਵਗਨ ਅਤੇ ਉਹਨਾਂ ਦਾ ਇੱਕ ਪਰਫੈਕਟ ਡਾਇਲੋਗ। ਤੁਸੀਂ ਲਾਈਨ 'ਚ ਕਿਉਂ ਲੱਗੇ ਹੋ? ਬੈਂਕ ਵਾਲਿਆਂ ਨੇ ਪੂੜੀਆਂ ਛੋਲਿਆਂ ਦਾ ਲੰਗਰ ਲਾਇਆ, ਤੂੰ ਵੀ ਲੱਗ ਜਾ। ਜੇ ਆਪਾਂ ਪੂਰੇ ਟ੍ਰੇਲਰ ਦੀ ਗੱਲ ਕਰ ਲਈਏ ਤਾਂ ਸਾਡੇ ਹਿਸਾਬ ਨਾਲ ਟ੍ਰੇਲਰ ਨੂੰ ਮਿਲਣੇ ਚਾਹੀਦੇ ਨੇ 3.5 ਸਟਾਰ, ਪਰ ਅਮਰਿੰਦਰ ਗਿੱਲ ਨੇ ਪੰਜਾਬੀ ਇੰਡਸਟਰੀ ਵਿੱਚ ਬਹੁਤ ਹੀ ਵਧੀਆ ਐਕਸਪੈਰੀਮੈਂਟਸ ਕੀਤੇ ਨੇ ਅਤੇ ਇਸ ਵਜ੍ਹਾ ਤੋਂ ਆਪਾਂ ਇਸ ਟ੍ਰੇਲਰ ਨੂੰ ਦਿੰਦੇ ਹਾਂ 4 ਸਟਾਰਸ। ਤੁਹਾਨੂੰ ਇਸ ਫਿਲਮ ਵਿੱਚ ਸਭ ਤੋਂ ਵਧੀਆ ਪੰਚ ਕਿਹੜਾ ਲੱਗਿਆ ਉਹ ਸਾਨੂੰ ਕਮੈਂਟਸ ਕਰਕੇ ਜ਼ਰੂਰ ਦੱਸਿਓ ਅਤੇ ਸਾਡੇ ਅਕੋਰਡਿੰਗ ਇਸ ਟ੍ਰੇਲਰ ਦਾ ਸਭ ਤੋਂ ਵਧੀਆ ਪੰਚ ਇਹ ਸੀ। ਸਾਨੂੰ ਤੁਹਾਡੇ ਕਮੈਂਟਸ ਦੀ ਬਹੁਤ ਲੋੜ ਹੈ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਐਂਡ ਡੋਂਟ ਫਰਗੈਟ ਟੂ ਸਬਸਕ੍ਰਾਈਬ ਅਸ। ਥੈਂਕ ਯੂ ਫੋਰ ਵਾਚਿੰਗ ਦਿਸ ਵੀਡੀਓ। ਗੁੱਡ ਬਾਏ, ਲਵ ਯੂ, ਟੇਕ ਕੇਅਰ।